ਤਾਂ ਬਹੁਤ ਨੇ। ਇੱਕ ਵਾਰੀ ਅਸੀਂ ਕੈਲੀਫੋਰਨੀਆ ਚਲੇ ਗਏ, ਮੈਂ ਇੱਥੋਂ ਇੱਕ ਦੋ ਸਿੰਘ ਹੋਰ ਸੀਗੇ, ਉਹਦੇ ਜੀ ਕੀਤਾ ਭਾਈ ਸਾਹਿਬ ਕੋਲ ਦੋ ਤਿੰਨ ਦਿਨ ਰਹਿ ਕੇ ਆਏ। ਜਦੋਂ ਭਾਈ ਸਾਹਿਬ ਕੋਲ ਜਾਈਦਾ ਸੀ ਉਦੋਂ ਬੈਟਰੀਆਂ ਫੁੱਲ ਕਰ ਦਿੰਦੇ ਸੀਗੇ, ਇੱਦਾਂ ਫੀਲਿੰਗ ਹੋਣ ਲੱਗ ਜਾਂਦੀ ਸੀ ਵੀ ਹੁਣ ਬਈ ਅਸੀਂ ਸਾਡੇ ਬਰਾਬਰ ਦਾ ਹੁਣ ਕੋਈ ਨਹੀਂ ਰਿਹਾ ਹੈਗਾ ਦੁਨੀਆਂ 'ਚ। ਉੱਥੇ ਬੀਬੀ ਜੀ ਆਂਟੀ ਜੀ ਸੀਗੇ, ਇੱਕ ਉਹਨਾਂ ਦੇ ਘਰ ਖੰਡ ਪਾਠ ਸੀ ਰਿਵਰ ਸਾਈਡ ਮੇਰਾ ਖਿਆਲ। ਤਾਂ ਸ਼ਾਮ ਨੂੰ ਬਾਹਰ ਵਾਕ ਕਰਨ ਚਲੇ ਗਏ ਅਤੇ ਮੈਂ ਭਾਈ ਸਾਹਿਬ ਨੂੰ ਕਿਹਾ ਭਾਈ ਸਾਹਿਬ ਜੀ ਨਾਮ ਦੀ ਵੀ ਕਿਰਪਾ ਕਰ ਦਿਓ। ਉਹ ਕਹਿੰਦੇ ਵੀ ਅੱਛਾ ਆਪਾਂ ਦੇਖਾਂਗੇ। ਤੁਰਨ ਲੱਗ ਕੇ ਰਹਿ ਰਹਿ ਦਾ ਪਾਠ ਸ਼ੁਰੂ ਹੋ ਗਿਆ ਅਤੇ ਮੈਨੂੰ ਕਹਿੰਦੇ ਤੂੰ ਕਰ, ਅਸੀਂ ਤੁਰੇ ਜਾਂਦੇ ਪਾਠ ਕਰਨ ਲੱਗ ਗਏ। ਅਤੇ ਇੱਕ ਸ਼ਬਦ ਮੈਂ ਗਲਤ ਪੜ੍ਹਦਾ ਹੁੰਦਾ ਸੀ, ਉਹਨਾਂ ਨੇ ਮੈਨੂੰ ਯਾਦ ਕਰਾਇਆ ਵੀ ਇੱਦਾਂ ਨਹੀਂ ਇੱਦਾਂ ਪੜ੍ਹਨਾ, ਉਹ ਹਜੇ ਮੇਰੇ ਯਾਦ ਆ। ਉਦੋਂ ਬਾਅਦ ਜਦੋਂ ਅਸੀਂ ਮੁੜੇ ਆਉਂਦੇ ਹਾਂ ਫਿਰ ਉਹਨਾਂ ਨੇ ਸ਼ਬਦ ਪੜ੍ਹਿਆ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ। ਮਤਲਬ ਉਦੋਂ ਮੈਨੂੰ ਫੀਲਿੰਗ ਹੋਈ, ਮੈਂ ਕਿਹਾ ਵੀ ਇਹ ਤਾਂ ਕਮਾਈ ਕੀਤੀ ਬਿਨਾਂ ਕੁਛ ਨਹੀਂ ਹੋਣਾ ਹੈਗਾ, ਬਈ ਗੱਲੀ ਬਾਤੀ ਨਾਮ ਨਹੀਂ ਬਣਨਾ। ਫਿਰ ਇੱਕ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਸਿਫਤ ਇਹ ਸੀਗੀ ਬਈ ਸਕੂਲ ਉਹਨਾਂ ਨੇ ਸ਼ੁਰੂ ਕਰਵਾਇਆ, ਖਾਸਾ ਕਰਕੇ ਉਹਨਾਂ ਨੇ ਸ਼ੁਰੂ ਕਰਵਾਈ, ਹੋਰ ਬੜੀਆਂ ਜਗ੍ਹਾ ਦੇ ਉੱਤੇ ਮਤਲਬ ਪਰਿਵਾਰਾਂ ਦੇ ਪਰਿਵਾਰਾਂ ਨੂੰ ਅੱਗੇ ਤਰੱਕੀਆਂ ਬਖਸ਼ੀਆਂ। ਪਰ ਉਹਨਾਂ ਨੇ ਮੂਹਰੇ ਨਹੀਂ ਹੋਏ ਆਪ ਵੀ ਮੈਂ ਕਰ ਰਿਹਾ।